ਉਹਦੇ ਤੇ ਸਾਡੇ ਨਾਲ ਅਸੀਂ ਕੱਖ ਵੜਦੇ ਜਾਂਦੇ ਆ ਸੜਕ ਤੋਂ, ਜਾਂ ਅਸੀਂ ਕੱਖ ਵੜਦੇ ਜਾਂਦੇ ਅਸੀਂ ਜਾ ਕੇ ਅਸੀਂ ਉਹ ਮਹਿੰਗਣਾ ਢੇਰੀ ਕਰਤੇ ਸਹੀ, ਉਹ ਢੇਰੀ ਕਰਕੇ ਅਸੀਂ ਗਾਹਾਂ ਚਲੇ ਗਈਆਂ, ਗਾਹਾਂ ਅਸੀਂ ਵੱਟ ਵੜ ਲਈ, ਉਹ ਵੱਟ ਉਹਦੀ ਤਾਂ ਹੈ ਨੀ, ਵੱਟ ਕਿਸੇ ਹੋਰ ਚੜਦੀ ਆ, ਉਹ ਸੜਕ ਤੋਂ ਜਾਂਦਾ ਗਾਲਾਂ ਕੱਢ ਲਿਆ, ਸਾਨੂੰ ਦੁਖੀ ਕਰਿਆ ਪਿਆ, ਮੈਂ ਤੁਹਾਨੂੰ ਦੱਸਦਾ ਪਤਾ, ਜਦ ਅਸੀਂ ਵੇਖ ਉੱਠ ਕੇ ਤੁਰ ਪਈਆਂ, ਜਦ ਆਇਆ ਮੂਹਰੇ ਵਾਲੀ ਸੋਟੀ ਵੀ ਲੈ ਕੇ, ਕਿੱਡੀ ਬੜੀ ਸੋਟੀ ਇਹਦੇ ਕੋਲ, ਕੌਣ ਹੈ ਕੌਣ ਸੀ ਉਹ? ਬਹੁਤ ਵੱਡਾ ਸਾਖਾ ਹੈ ਜੀ, ਪਹਿਲਾਂ ਵੀ ਕੋਈ ਗੱਲਬਾਤ ਨਹੀਂ, ਪਹਿਲਾਂ ਸਾਡੇ ਨਾਲ ਕਦੇ ਨਹੀਂ ਹੋਈ ਹੈਗੀ, ਸਾਰੇ ਸੋਟੀਆਂ ਮਾਰੇ ਬਹੁਤ ਜ਼ਿਆਦਾ, ਕੱਪੜੇ ਪਾੜਦੇ ਜਦ ਅਸੀਂ ਆਪਣਾ ਆਪ ਛਡਾਇਆ ਤੇ ਕੱਪੜੇ ਦਾ ਦੱਸਿਆ ਤੇ ਆਪਣਾ ਛਡਾਇਆ, ਫਿਰ ਉਹਦੇ ਸਾਡੇ ਕੱਪੜੇ ਵਰਤੇ, ਮੈਂ ਹਰ ਚ ਗਿਰ ਵੀ ਗਈ ਉੱਥੇ ਉਹਦੇ ਛਡਾਉਂਦੇ, ਅਸੀਂ ਚਾਰ ਜਣੀਆਂ ਤੀਆਂ, ਬਾਕੀ ਕੌਣ ਕੀ ਨਾਲ ਇਹਦੇ ਸਾਡੇ, ਉਹ ਤੋਂ ਬਾਅਦ ਫੋਨ ਨਾ, ਉਹ ਤੋਂ ਬਾਅਦ ਫਿਰ ਉਹਨਾਂ ਨੇ ਜਿਹੜੇ ਬੰਦੇ ਪਹਿਲਾਂ ਖੜੇ ਸੀ, ਜਦ ਉਹ ਸਾਨੂੰ ਕੁੜਦਾ ਵੀ ਜਦੋਂ ਬੰਦੇ ਕੋਲ ਨਹੀਂ ਆਏ, ਜਦ ਅਸੀਂ ਮੈਂ ਉਹਨਾਂ ਨੂੰ ਸੜਾਉਣ ਲੱਗ ਗਏ, ਫਿਰ ਉਹ ਬੰਦੇ ਆ ਗਏ, ਫਿਰ ਉਹ ਸੜਾ ਕੇ ਲੈ ਕੇ ਗਏ ਉਹਨੂੰ, ਅਸੀਂ ਉਹਨੂੰ ਕੁਛ ਨਹੀਂ ਕਿਹਾ, ਅਸੀਂ ਆਪਣਾ ਸੜਾਉਣ ਲੱਗ ਗਏ, ਹਾਂ ਸਾਰਿਆਂ ਨੂੰ ਕੁੱਟਿਆ, ਧਰਨਾ ਸਾਨੂੰ ਇਨਸਾਫ਼ ਚਾਹੀਦਾ। ਪਿੰਡ ਦੀਆਂ ਬੀਬੀਆਂ ਪੱਟੇ ਲੈਣ ਗਏ ਸੀਗੇ ਜੀ, ਗੋਹ ਪਿੰਡ ਦੇ ਯਾਰ ਮਾਨੋਪੁਰ ਦੇ ਸੈਂਟਰ ਚੋਂ, ਉੱਥੇ ਕੋਈ ਜਗ੍ਹਾ ਨਹੀਂ, ਜਗ੍ਹਾ ਪੰਚਾਇਤ ਦੀ ਜਗ੍ਹਾ, ਗੋਹ ਦੇ ਬੰਦੇ ਨੇ ਸਾਡੇ ਪਿੰਡ ਦੀਆਂ ਤੀਵੀਆਂ ਨਾਲ ਹਰਕਤ ਕੀਤੀ ਆ ਜੀ, ਡੰਡੇ ਮਾਰੇ ਨੇ, ਗਾਲਾਂ ਕੱਢੀਆਂ ਨੇ, ਜਾਤੀ ਸ਼ਬਦ ਵਰਤੇ ਨੇ, ਉਹ ਕੁੜੀਆਂ ਦੇ ਕੱਪੜੇ ਪਾੜੇ ਨੇ, ਅਸੀਂ ਉਹਦਾ ਮੁੱਲ ਲੈਣਾ ਚਾਹੁੰਦੇ, ਸਾਨੂੰ ਕਿਸੇ ਚੀਜ਼ ਦਾ ਤੱਕ ਕੋਈ ਮਤਲਬ ਨਹੀਂ ਹੈਗਾ, ਚਾਹੇ ਗੋਹ ਦਾ ਚਾਹੇ ਸੇਧ ਹੈ, ਅਸੀਂ ਕੁੱਟਾਂਗੇ ਵੀ ਸਾਰਾ ਕੁਝ ਕਰਾਂਗੇ ਜਦ ਤੱਕ। ਉਹ ਬੰਦਾ ਪਤਾ ਨੀ ਕਿੱਥੇ ਗਿਆ ਹੋਣਾ, ਕਿੱਥੇ ਨਹੀਂ, ਕਿਉਂ ਬੰਦਾ ਤੀਵੀਂ ਦੇ ਹੱਥ ਚੱਕਦਾ, ਸ਼ੇਰ ਦੇ ਚੱਕੇ ਹੱਥ, ਨਾਲ ਦੇ ਬੰਦੇ ਦੇ ਹੱਥ ਚੱਕੇ, ਨਸ਼ਾ ਪਤਾ ਕੀਤਾ, ਦਾਰੂ ਪੀਤੀ ਉਹਦੀ, ਠੀਕ ਹੈ ਜੀ। ਅਸੀਂ ਅਸੀਂ ਧਰਨਾ ਲਾਇਆ, ਅਸੀਂ ਧਰਨਾ ਵੀ ਲਾਏਗੇ, ਖੰਨੇ ਵੀ ਲਾਏਗੇ, ਸਾਨੂੰ ਖੰਨੇ ਤੱਕ ਪਹੁੰਚਾਉਣਾ, ਧਰਨਾ ਬੜਾ ਵੀ ਕਰਾਂਗੇ ਅਸੀਂ, ਕਿੱਥੇ ਦਾ ਕਿਸਾਨ ਮਜ਼ਦੂਰ ਇੱਕਦਾ ਕਹਿੰਦੇ ਨੇ, ਹੁਣ ਕਿਸਾਨਾਂ ਦੇ ਸਿਰ ਕੁੱਟਣ ਲੱਗੇ ਹੋਏ ਨੇ, ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ? ਅਸੀਂ ਕਾਰਵਾਈ ਕਰਾਂਗੇ, ਪਰਚਾ ਵੀ ਕਰਾਏਗੇ, ਬਣਦੀ ਕਾਰਵਾਈ ਕਰਾਏਗੇ, ਜਿਹੜੇ ਸਾਡੇ ਜਾਣੇ ਦੇ ਹੱਥ ਚੱਕੇ ਨੇ, ਕੱਪੜੇ ਪਾੜਨੇ, ਅਸੀਂ ਉਹ ਕੱਪੜੇ ਪਾੜਨੇ ਬਦਲੇ ਲੈਣਗੇ ਨਾਲ ਦੇ ਨਾਲ। ਪੁਲਿਸ ਪ੍ਰਸ਼ਾਸਨ ਜੀ ਬਹੁਤ ਧੰਨਵਾਦ, ਹੋਰ ਤੇ ਉਹ ਦੇਖਣ ਕਹਿ ਰਹੇ ਮੌਕਾ ਵੀ, ਮੌਕੇ ਤੇ ਕੀ ਕਾਰਵਾਈ ਹੋਈ ਹੈ, ਕਿੱਥੇ ਜਗ੍ਹਾ, ਸੂਏ ਦੇ ਜਗ੍ਹਾ, ਖੇਤ ਦੀ ਜਗ੍ਹਾ ਨਹੀਂ, ਸਾਰੀ ਜਗ੍ਹਾ ਬਾਹਰ ਦੀ ਜਗ੍ਹਾ ਹੈ। ਹਾਂਜੀ, ਇੱਥੇ ਨਾ ਸਾਨੂੰ ਪਤਾ ਲੱਗਿਆ ਸੀ ਵੀ ਮਾਨੂਪੁਰ ਦੀਆਂ ਚਾਰ ਲੇਡੀਜ਼ ਗੋਹ ਪਿੰਡ ਦੇ ਖੇਤਾਂ ਵਿੱਚ ਪੱਠੇ ਵੱਢਣ ਆਈਆਂ ਸੀਗੀਆਂ, ਕੱਖ ਵਗੈਰਾ ਲੈਣ ਆਈਆਂ ਸੀ, ਅਤੇ ਇੱਥੇ ਇੱਕ ਵਿਸਾਖਾ ਨਾਂ ਦੇ ਬੰਦੇ ਨੇ ਉਹਨਾਂ ਨਾਲ ਬਸ ਰੁਕੀ ਕੀਤੀ ਹੈ, ਕੁੱਟਮਾਰ ਕੀਤੀ ਹੈ, ਉਹ ਇੱਥੋਂ ਕੱਖ ਲੈ ਕੇ ਚਲੇ ਗਏ ਜਿੰਨੇ ਕੁ ਸੀਗੇ, ਅਤੇ ਉਹਨਾਂ ਨੇ ਪਿੰਡ ਜਾ ਕੇ ਇਕੱਠ ਕਰ ਲਿਆ, ਅਤੇ ਮੌਕੇ 'ਤੇ ਅਸੀਂ ਪਹੁੰਚ ਗਏ ਸੀ, ਉਹ ਸਾਰੀ ਜਿਹੜੀ ਹੈਗੀ ਸਿਚੁਏਸ਼ਨ ਦੇਖ ਲਈ ਹੈ, ਅਤੇ ਜਿੱਦਾਂ ਦੇ ਹਾਲਾਤ ਹੋਣਗੇ ਜਾ ਕੇ ਮੌਕਾ ਦੇਖ ਕੇ ਫਿਰ ਅਸੀਂ ਉਹ ਜੀ ਕਾਰਵਾਈ ਕਰਾਂਗੇ। ਚਲੋ, ਲੇਡੀ ਦਾ ਕਹਿਣਾ ਜਾਤੀ ਸੂਚਕ ਅੰਕ ਵੀ ਉਹਨਾਂ ਨੂੰ ਜਿਹੜੇ ਕੱਪੜੇ ਪਾੜੇ ਗਏ ਨੇ, ਇਹ ਵੀ ਕਹਿਣਾ ਹੁੰਦਾ? ਹਾਂ, ਪਹਿਲਾਂ ਮੌਕਾ ਦੇਖਿਆ ਜਾ ਰਿਹਾ, ਕਿਉਂਕਿ ਗੋਹ ਪਿੰਡ ਦੀ ਜ਼ਮੀਨ ਹੈ, ਉਹ ਸਾਡੇ 'ਚ ਨਹੀਂ ਪੈਂਦਾ ਹੈਗਾ ਏਰੀਆ, ਫਿਰ ਵੀ ਅਸੀਂ ਮੌਕੇ 'ਤੇ ਆ ਕੇ ਮੌਕਾ ਦੇਖ ਕੇ ਉਹਦੇ ਮੁਤਾਬਕ ਜਿਹੜੀ ਕਾਰਵਾਈ ਹੈ ਉਹ ਕਰਾਂਗੇ, ਉਹਨਾਂ ਦੇ ਬਿਆਨ ਲੈ ਕੇ।